ਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪੁਲਿਸ ਦੀ ਹਿਰਾਸਤ ਦੇ ਵਿੱਚ ਪਤੀ ਪਤਨੀ ਜਿਹੜੇ ਹੈ ਉਹ 2 ਕਿਲੋ 100 ਗ੍ਰਾਮ ਜਿਹੜੀ ਹੈਰੋਨ ਦੇ ਨਾਲ ਜਿਹੜੇ ਗ੍ਰਿਫਤਾਰ ਕੀਤੇ ਗਏ ਆ। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੀ STF ਪੁਲਿਸ ਨੇ ਜਿਹੜਾ ਹੈ ਇਹਨਾਂ ਦੋਵੇਂ ਪਤੀ ਅਤੇ ਪਤਨੀ ਨੂੰ ਜਿਹੜਾ ਹੈ ਇੱਕ ਵਰਨਾ ਕਾਰ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਕਾਬੂ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਦੋਵੇਂ ਜਿਹੜੇ ਪਤੀ ਪਤਨੀ 2 ਕਿਲੋ 100 ਗ੍ਰਾਮ ਜਿਹੜੀ ਹੈਰੋਨ ਗੁਪਤ ਤਰੀਕੇ ਨਾਲ ਲੈ ਕੇ ਜਾ ਰਹੇ ਸਨ। ਸਰ ਕਾਫੀ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਹੈ, ਕੀ ਸੀ ਪੂਰਾ ਮਾਮਲਾ ਜਾਣਕਾਰੀ? ਇਹ ਕੱਲ 28 ਫਰਵਰੀ ਨੂੰ ਇੰਸਪੈਕਟਰ ਹਰਵੰਤ ਸਿੰਘ ਤੇ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਰੇਸ਼ ਕੁਮਾਰ ਤੇ ਉਹਦੀ ਘਰ ਵਾਲੀ ਜਿਹੜੀ ਮਨੀਸ਼ਾ ਹੈ ਇਹ ਜੇ ਬਲਾਕ 'ਚ ਰਹਿੰਦੇ ਹੈ, ਵੀ ਇਹ ਮੋਗਾ ਸਾਈਡ ਤੋਂ ਆਪਣੀ ਵਰਨਾ ਕਾਰ ਦੇ ਵਿੱਚ ਹੈਰੋਇਨ ਲੈ ਕੇ ਆ ਰਹੇ ਹੈ। ਅਗਰ ਉੱਥੇ ਫਿਰੋਜ਼ਪੁਰ ਰੋਡ 'ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ। ਨਾਕਾਬੰਦੀ ਕਰਕੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਜਿਹੜੀ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਦੀ ਗੱਡੀ ਦੇ ਵਿੱਚੋਂ 2 ਕਿਲੋ 100 ਗ੍ਰਾਮ ਹੈਰੋਇਨ ਜਿਹੜੀ ਉਹ ਬਰਾਮਦ ਹੋਈ ਹੈ। ਅਤੇ ਜਿਹੜਾ ਇਹ ਸੁਰੇਸ਼ ਕੁਮਾਰ ਹੈ ਇਹਦੇ 'ਤੇ ਵੀ ਪਹਿਲਾਂ NDPS ਐਕਟ ਦੇ ਮੁਕੱਦਮੇ ਦਰਜ ਹੈ। ਇਹਦੀ ਘਰ ਵਾਲੀ ਜਿਹੜੀ ਮਨੀਸ਼ਾ ਉਹਦੇ 'ਤੇ 3 ਪਰਚੇ ਦਰਜ ਹੈ, ਇਹਦੇ ਸੁਰੇਸ਼ 'ਤੇ 2 ਪਰਚੇ, ਅਤੇ ਜਿਹੜੀ ਮਨੀਸ਼ਾ ਹੈ ਉਹਦਾ ਬ੍ਰਦਰ ਅਤੇ ਉਹਦਾ ਫਾਦਰ ਵੀ ਜਿਹੜਾ ਹੈਗਾ ਹੈ ਉਹ ਵੀ NDPS ਐਕਟ ਦੇ ਕੇਸ ਦੇ ਵਿੱਚ ਹੀ ਜੇਲ੍ਹ 'ਚ ਬੰਦ ਹੈਗੇ। ਹੁਣ ਇਹ ਦੋਨੋਂ ਉਹਦੇ ਘਰ 'ਚ ਰਹਿ ਕੇ ਹੀ ਇਹ ਜਿਹੜਾ ਧੰਦਾ ਨਸ਼ਾ ਵੇਚਣ ਦਾ ਕਰਦੇ ਸੀ। ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ, ਉਹ ਤੋਂ ਬਾਅਦ 'ਚ ਪਤਾ ਕੀਤਾ ਜਾਊਗਾ ਵੀ ਇਹ ਮੋਗਾ ਸਾਈਡ ਤੋਂ ਕਿੱਥੋਂ ਹੈਰੋਇਨ ਲੈ ਕੇ ਆਏ ਹੈ ਅਤੇ ਅੱਗੇ ਇਹਨਾਂ ਨੇ ਸਪਲਾਈ ਕਿਹਨੂੰ ਕਰਨੀ ਸੀ। ਕਿੰਨੀ ਦੇਰ ਤੋਂ ਕਰ ਰਹੇ ਜੀ ਇਹ? ਕਾਫੀ ਦੇਰ ਤੋਂ ਕਰ ਰਹੇ, ਇਹਦਾ 3 ਮੁਕੱਦਮੇ ਤਾਂ ਇਹਦੇ 'ਤੇ ਲੜਕੀ 'ਤੇ ਦਰਜ ਹੈ ਜਿਹੜੀ ਇਹਦੀ ਵਾਈਫ ਹੈ ਸੁਰੇਸ਼ ਦੀ, 2 ਮੁਕੱਦਮੇ ਇਹਦੇ 'ਤੇ ਦਰਜ ਹੈ, ਜਿਹੜੀ ਲੜਕੀ ਹੈ ਉਹਦੇ ਫਾਦਰ ਅਤੇ ਉਹਦੇ ਬ੍ਰਦਰ 'ਤੇ ਵੀ ਦਰਜ ਹੈ। ਅਤੇ ਇਹ ਖੁਦ ਵੀ ਡਿਕਟ ਨੂੰ ਨਹੀਂ, ਉਹ ਅਸੀਂ ਡੋਪ ਟੈਸਟ ਕਰਾਵਾਂਗੇ ਅਤੇ ਫਿਲਹਾਲ ਪੁੱਛ ਕੇ ਚਲੇ ਮੰਨਿਆ ਨਹੀਂ, ਬਾਕੀ ਡੋਪ ਟੈਸਟ 'ਚ ਕਲੀਅਰ ਹੋ ਜੂਗਾ। ਇਹ ਪਤਾ ਲੱਗ ਗਿਆ ਵੀ ਇੰਨੀ ਭਾਰੀ ਮਾਤਰਾ ਵਿੱਚ ਕਿੱਥੇ ਦੇਣ ਜਾਣਾ ਸੀ? ਉਹ ਸਾਰਾ ਅੱਜ ਰਿਮਾਂਡ ਲਵਾਂਗੇ ਨਾ, ਰਾਤ ਫੜੇ ਵਾਲੇ ਹੁਣ ਪੇਸ਼ ਕਰਕੇ ਰਿਮਾਂਡ ਲੈ ਕੇ ਸਾਰਾ ਵੈਰੀਫਾਈ ਕਰਾਂਗੇ।